ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਜਿਹੜੇ ਚਨਜੀਤ ਸਿੰਘ ਚੰਨੀ ਆਪਣੇ ਨਵੇਂ ਮੁੱਖ ਮੰਤਰੀ ਬਣੇ ਨੇ ਜੀ ਉਹਨਾਂ ਵੱਲੋਂ ਇੱਕ ਆ ਦੇਖ ਸਕਦੇ ਹੋ ਜੀ ਐਲਾਨ ਕੀਤਾ ਗਿਆ ਹੈ ਕਿ ਨੇ 2 ਕਿਲੋਵਾਟ ਤੱਕ ਦੇ ਰੇਲੂ ਕਨੈਕਸ਼ਨਾਂ ਦੇ ਬਕਾਇਆ ਬਿਜਲੀ ਬਿੱਲ ਮਾਫ ਹੋ ਚੁੱਕੇ ਨੇ ਜੀ ਠੀਕ ਹੈ ਜੀ ਇਹਦੇ ਬਾਰੇ ਤੁਹਾਨੂੰ ਫੁੱਲ ਡਿਟੇਲ ਦੇਵਾਂਗੇ ਜੀ ਸਿਰੇ ਤੋਂ sire ਤੱਕ ਵੀ ਕਿੰਨਾਂ ਦੇ ਮਾਫ ਹੋਏ ਨੇ ਜੀ ਠੀਕ ਹੈ ਕਿਹੜੇ-ਕਿਹੜਿਆਂ ਦੇ ਮਾਫ ਹੋਣਗੇ ਤੇ ਕਿਹੜੇ ਕਰਾ ਸਕਦੇ ਨੇ ਜੀ ਉਹਨਾਂ ਬਾਰੇ ਵੀ ਡਿਟੇਲ ਦੇਵਾਂਗੇ ਠੀਕ ਹੈ ਜੀ ਕਿਹੜੇ-ਕਿਹੜੇ ਹੁਣ ਵੀ ਕਰਵਾ ਸਕਦੇ ਨੇ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਇੱਕ ਗੁਜਾਰਸ਼ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਵੀ ਰਾਣੇ ਸਬਸਕ੍ਰਾਈਬ ਨਹੀਂ ਕਰਿਆ ਜੀ ਇਹ ਅਖਬਾਰ ਦੇ ਵਿੱਚ ਆਇਆ ਜੀ ਇਹ ਠੀਕ ਹੈ ਜੀ ਆ ਦੇਖ ਸਕਦੇ ਹੋ ਜਗ ਬਾਣੀ ਦੀ ਹੈ ਜੀ ਕਟਿੰਗ ਇਹ ਉਹਦੇ ਵਿੱਚੋਂ 30 ਆ ਦੇਖ ਸਕਦੇ ਹੋ 30 ਸਤੰਬਰ ਨੂੰ ਆਇਆ ਤੇ ਜੀ ਉਦੋਂ ਦਾ ਇਹ ਹੁਣ ਆਇਆ ਜੀ ਹੁਣ ਤੁਹਾਨੂੰ ਗਾਹਾਂ ਦਿਖਾ ਦਿੰਨੇ ਆ ਜੀ ਮੇਨ ਨੋਟਿਸ ਆਇਆ ਜਿਹੜਾ ਆਹ ਦੇਖ ਸਕਦੇ ਹੋ ਜੀ ਨੋਟਿਸ ਜਿਹੜਾ ਆਇਆ ਹੈ ਇਹਦੇ ਵਿੱਚ ਦਿੱਤਾ ਗਿਆ ਹੈ ਜੀ ਤੁਸੀਂ ਦੇਖ ਸਕਦੇ ਹੋ ਮੁੱਖ ਮੰਤਰੀ ਪ੍ਰੀਸ਼ਦ ਵੱਲੋਂ ਪੰਜਾਬ ਸਰਕਾਰ ਵੱਲੋਂ ਇਹ ਕੀ ਹੈ ਜੀ ਇਨਾਂ ਨੇ ਇੱਕ ਅਰਜੀ ਪਾਈ ਸੀ ਜੀ ਠੀਕ ਹੈ ਜੀ ਕੀਤੀ ਜੀ ਕਹਿੰਦੇ ਘਰੇਲੂ ਸ਼੍ਰੈਣੀ ਦੇ 2 ਕਿਲੋ ਵਾਟ ਤੱਕ ਮਨਜ਼ੂਰशुदा ਲੋਡ ਦੇ ਸਾਰੇ ਖਪਤਕਾਰਾਂ ਨੂੰ ਪ੍ਰਤੀ ਮਹੀਨਾ 300 ਜੁਨਟ ਪਹਿਲਾਂ ਜੀ 200 ਜੁਨਟ ਮਿਲਦੀ ਸੀ ਜੀ ਠੀਕ ਹੈ ਜੀ ਹੁਣ ਇਹ ਵਧਾ ਕੇ ਕਿੰਨੀ ਜੀ 300 ਜੁਨਟ ਕਰ ਦਿੱਤੀ ਗਈ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ 300 ਜੁਨਟ ਮਾਫ ਬਿਜਲੀ ਦੇਣ ਠੀਕ ਹੈ ਜੀ ਇਹ ਤਾਂ ਇੱਕ ਆ ਗਿਆ ਜੀ ਫਸਟ ਪੁਆਇੰਟ ਆ ਗਿਆ ਜੀ ਆਪਣਾ 300 ਜੁਨਟ ਵਾਲਾ ਉਸ ਤੋਂ ਬਾਅਦ ਸੈਕਿੰਡ ਕੀ ਆ ਗਿਆ ਜੀ ਕਹਿੰਦੇ ਬਕਾਇਆ ਖੜੀ ਕੁਹਾਤੀ ਰਕਮ ਮਤਲਬ ਕਿ ਕੁਝ ਨੇ ਦੇਖੋ ਜੀ ਦਾ 200 ਜੁਲਟ ਮਾਫਤੀ ਜੀ ਜਦੋਂ 200 ਜੁਲਟ ਖਤਮ ਹੋ ਜਾਂਦੀ ਦੀ ਉਸ ਤੋਂ ਬਾਅਦ ਅੱਦੇ ਉੱਪਰ ਵੀ ਫੁਕਦੇ ਦੀ ਜੀ ਕਿਸੇ ਦੀ 100 ਜੁਲਟ ਹੋ ਗਈ ਜੀ ਕਿਸੇ 200 300 500 1000 ਵੀ ਹੋ ਗ ਜਾਂਦੀ ਦੀ ਜੀ ਗਰਮੀਆਂ ਦੇ ਟਾਈਮ ਵਿੱਚ ਠੀਕ ਹੈ ਜੀ ਵੀ ਉਹਨਾਂ ਦੇ ਵਿੱਚੋਂ ਕਿਸੇ ਕਿਸੇ ਨੇ ਬਿੱਲ ਭਰਿਆ ਨਹੀਂ ਗਿਆ ਠੀਕ ਹੈ ਜੀ ਜਿਹੜਾ ਉਹ ਬਿਲ ਹੈ ਜੀ ਉਹਦੇ ਮਾਫ ਸਬੰਧੀ ਤੇ ਜੀ ਵੀ ਉਹ ਵੀ ਮਾਫ ਕੀਤਾ ਜਾਵੇ ਜੀ ਬਿਲ ਠੀਕ ਹੈ ਉਹਦੇ ਵਾਰੀ ਦਿੱਤੀ ਹੋਈ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਅੱਗੇ ਪੜ੍ਹ ਲੈਣੇ ਜੀ ਆਪਾਂ ਅੱਗੇ ਕੀ ਦਿੱਤਾ ਗਿਆ ਕਹਿੰਦਾ ਬਧਿਕ ਮੁਖ ਸਕੱਤਰ ਪੰਜਾਬ ਸਰਕਾਰ ਬਿਜਲੀ ਵਿਭਾਗ ਉਪਰੋਕਤ ਵਿਸ਼ੇ ਤੇ ਆਪਣੇ ਆ ਦਿੱਤਾ ਹੋਇਆ ਜੀ ਇਹ ਜਿਹੜਾ ਨੰਬਰ ਹੈ ਮਿਤੀ ਕਿੰਨੇ ਹੈ ਜੀ 29 9 ਵੱਲੋਂ ਧਿਆਨ ਦੇਣ ਦੀ ਕਿਰਪਾਲਤਾ ਕਰਨ ਜੀ ਮਤਲਬ ਇਹ ਉਹਦੋਂ ਦਿੱਤਾ ਤੇ ਜੀ 29 9 ਨੂੰ ਇਹ ਦਿੱਤਾ ਤੇ ਜੀ ਅਰਜੀ ਇਹ ਅਰਜੀ ਦੇ ਵਿੱਚ ਕੀ ਕਿਹਾ ਗਿਆ ਤੇ ਜੀ ਤੁਸੀਂ ਦੇਖ ਸਕਦੇ ਹੋ ਆ ਤੁਸੀਂ ਦੇਖ ਸਕਦੇ ਹੋ ਜੀ ਮੰਤਰੀ ਪ੍ਰੀਸ਼ਦ ਦੀ ਮਿਤੀ 29 9 2021 ਨੂੰ ਇੱਕ ਮੀਟਿੰਗ ਹੋਈ ਜੀ ਜਿਹਦਾ ਵਿਸ਼ਾ ਕੀਤੀ ਜੀ ਆ ਤੁਸੀਂ ਦੇਖ ਸਕਦੇ ਹੋ ਕਰੇਲੂ ਸ਼੍ਰੈਣੀ ਦੇ 2 ਕਿਲੋ ਬਾੜ ਦੇ ਖਪਤਕਾਰਾਂ ਦੀ 300 ਪ੍ਰਤੀ ਬਿਜਲੀ 300 ਜੁਲਟ ਮੁਫਤ ਬਿਜਲੀ ਦੇਣ ਵਾਸਤੇ ਤੇ ਜਿਹੜਾ ਬਕਾਇਆ ਖੜਾ ਹੈ ਜੀ ਜਿਨ੍ਹਾਂ ਦਾ 200 ਜੁਲਟ ਤੋਂ ਉੱਪਰ ਫੁਕੇ ਹੋਏ ਨੇ ਜੀ ਉਹ ਮਾਫ ਕਰਾਉਣ ਸੰਬੰਧੀ ਠੀਕ ਹੈ ਜੀ ਇਹ ਦਿੱਤਾ ਗਿਆ ਸੀ ਜੀ ਉਸ ਤੋਂ ਬਾਅਦ ਬਿਜਲੀ ਵਿਭਾਗ ਦੇ ਯਾਦ ਪੱਤਰ ਵਿੱਚ ਮਿਤੀ 29 ਸਤੰਬਰ 2021 ਦੇ ਵਿਚਾਰ ਵਟਾਂਦਰਾ ਬਾਅਦ ਚ ਵਿਚਾਰ ਵਟਾਂਦਰਾ ਕਰਿਆ ਜੀ ਇਹਨਾਂ ਨੇ ਸਰਕਾਰ ਕੀ ਵਿਚਾਰ ਵਟਾਂਦਰਾ ਕਰਿਆ ਤੁਸੀਂ ਦੇਖ ਸਕਦੇ ਹੋ ਜੀ ਜਿਹੜੀ ਡਿਟੇਲ ਦਿੱਤੀ ਹੋਈ ਹੈ ਇਹਦੇ ਵਿੱਚ ਕਹਿੰਦੇ ਬਿਜਲੀ ਵਿਭਾਗ ਦੇ ਯਾਦ ਪੱਤਰ ਵਿਚਾਰ ਵਟਾਂਦਰਾ ਉਪਰ ਦਾ ਫੈਸਲਾ ਲਿਆ ਗਿਆ ਜੀ ਇੱਕ ਕੀ ਫੈਸਲਾ ਲਿਆ ਗਿਆ ਜੀ ਕਹਿੰਦੇ 2 ਕਿਲੋਵੋਲਟ ਲੋਡ ਤੱਕ ਦੇ ਗਰੀਬ ਘਰੇਲੂ ਖਪਤਕਾਰਾਂ ਦੇ ਬਿਜਲੀ ਦੇ ਪਿਛਲੇ ਬਿੱਲ ਠੀਕ ਹੈ ਜੀ ਪਿਛਲੇ ਬਿਜਲੀ ਚੱਕਰ ਦੇ ਬਿੱਲ ਵਿੱਚ ਬਕਾਇਆ ਖੜੀ ਕੋਹਾਤੀ ਜਿਹੜੇ ਪਿਛਲੀ ਰਕਮ ਖੜੀ ਹੈ ਜੀ ਉਹਦੇ ਬਾਰੇ ਆ ਜੀ ਕਹਿੰਦੇ ਪੀ ਐਸ ਪੀ ਸੀ ਪੀ ਐਸ ਪੀ ਸੀ ਐਲ ਵੱਲੋਂ ਬੇ ਆਫ ਕੀਤਾ ਜਾਵੇਗਾ ਠੀਕ ਹੈ ਜੀ ਮਤਲਬ ਮਾਫ ਕੀਤਾ ਜਾਊ ਜੀ ਹੁਣ ਇਹ ਤੇ ਇਹ ਰਕਮ ਅਦਾਈਗੀ ਕੌਣ ਕਰੂਗੀ ਜੇ ਇਹ ਇਹ ਰਕਮ ਦੀ ਅਦਾਈਗੀ ਪੀ ਐਸ ਪੀ ਸੀ ਐਲ ਨੂੰ ਕੌਣ ਕਰੂਗਾ ਜੀ ਇਹ पीएसपीसीएल कौन है जी, जी, PS, PC, PS, जी है? भी, भी है अपनी ਜਿਹੜੀ ਬਿਜਲੀ ਵਿਭਾਗ ਹੈ ਜੀ ਉਹ ਪੀਐਸਪੀਸੀਲ ਦੁਆਰਾ ਹੀ ਸਾਰੀ ਬਿਜਲੀ ਕੰਟਰੋਲ ਕਰੀ ਜਾਂਦੀ ਹੈ ਜੀ ਠੀਕ ਹੈ ਜਿੱਥੇ ਵੀ ਕੋਈ ਵੀ ਕਾਰਗਜ਼ਾਰ ਕਰਨੀ ਹੈ ਸਾਰੀ ਆਪਣੀ ਪੀਐਸਪੀਸੀਲ ਵੱਲੋਂ ਹੀ ਕਰਾਇਆ ਜਾਂਦਾ ਹੈ ਇਹ ਕੌਣ ਹੈ ਜੀ ਇਹਦੀ ਅਦਾਇਗੀ ਨੂੰ ਕੌਣ ਸਰਕਾਰ ਵੱਲੋਂ ਕੀਤੀ ਜਾਵੇਗੀ ਮਤਲਬ ਜਿਹੜੇ ਹੈ ਜੀ ਹੁਣ ਇਹਦੇ ਬਿੱਲ ਕੌਣ ਭਰੂਗੇ ਜੀ ਸਰਕਾਰ ਭਰੂਗੇ ਜੀ ਆਪ ਉਸ ਤੋਂ ਬਾਅਦ ਇਸ ਤੋਂ ਇਲਾਵਾ ਉਦੋਂ ਬਾਅਦ ਕੀ ਦੱਸਿਆ ਗਿਆ ਜੀ ਇਹਨਾਂ ਨੇ ਕਹਿੰਦੇ ਇਸ ਤੋਂ ਇਲਾਵਾ ਇਹੇ ਵੀ ਫੈਸਲਾ ਲਿਆ ਗਿਆ ਹੈ ਜੀ ਕਿ ਬਕਾਇਆ ਖੜੀ ਕੋਹਾਤੀ ਕਾਰਨ ਜਿਹੜੇ 2 ਕਿਲੋਵਾਟ ਤੱਕ ਦੇ ਗਰੀਬੀ ਘਰੇਲੂ ਖਪਤਕਾਰ ਦੇ ਬਿਜਲੀ ਕਨੈਕਸ਼ਨ ਕੱਟੇ ਗਏ تھے۔ ਦੇਖੋ ਕੁਝ ਦੇ ਕਨੈਕਸ਼ਨ ਕੱਟ ਗਏ ਤੇ ਜੀ ਉਹਨਾਂ ਨੂੰ ਵੀ ਹੁਣ ਦੁਬਾਰੋ ਲਗਵਾਵਗੇਗੇ ਜੀ ਪੀਐਸਪੀਸੀਐਲ ਠੀਕ ਹੈ ਜੀ ਇਹ ਵੀ 2 ਹਫਤੇ ਦੇ ਅੰਦਰ ਅੰਦਰ ਕਰਨ ਵਾਸਤੇ ਕਿਹਾ ਗਿਆ ਹੈ ਜੀ ਵੀ ਜਲਦੀ ਤੋਂ ਜਲਦੀ ਇਹਨੂੰ ਦੁਬਾਰੋ ਕਨੈਕਸ਼ਨ ਲਗਾਏ ਜਾਣ ਜੀ ਜਿਨ੍ਹਾਂ ਦੇ 200 ਕਿਲੋਵਾਟ ਤੋਂ ਕੱਟੇ ਗਏ ਤੇ ਜੀ ਜਿਨ੍ਹਾਂ ਨੇ ਬਿਜਲੀ ਬਿੱਲ ਨਹੀਂ ਭਰੇ ਤੇ ਉਹਨਾਂ ਦੁਬਾਰੋ ਇੱਕ ਤੁਹਾਨੂੰ ਐ ਵੀ ਦੱਸ ਦਈਏ ਜੀ ਵੀ ਇਹ ਕਿੰਨਾ ਕਿੰਨਾ ਦੇ ਬਿੱਲ ਮਾਫਤੇ ਜੀ ਕਿਹੜੇ-ਕਿਹੜੇ ਇਹ ਦੁਬਾਰਾ ਵੀ ਮaaf ਕਰਾ ਸਕਦੇ ਨੇ ਫੁੱਲ ਵੀਡੀਓ ਦੇਖੋ ਤਾਂ ਜੋ ਤੁਹਾਨੂੰ ਦੱਸਾਂਗੇ ਜੀ ਲਾਸਟ ਦੇ ਵਿੱਚ ਵੀ ਕਿਹੜੇ-ਕਿਹੜੇ ਹੁਣ ਦੁਬਾਰੋ ਵੀ ਮaaf ਕਰਵਾ ਸਕਦੇ ਨੇ ਉਹਨਾਂ ਦੀ ਡਿਟੇਲ ਦੇਵਾਂਗੇ ਕੀ-ਕੀ ਮਤਲਬ ਕੀ ਮੰਗਦੇ ਨੇ ਜੀ ਇਹ ਵੀ ਤੁਹਾਡੇ ਮਾਫ ਹੋ ਸਕਦੇ ਨੇ ਠੀਕ ਹੈ ਜੀ ਅੱਗੇ ਕੀ ਕਹਿ ਰਹੇ ਨੇ ਜੀ ਇਹ ਤੁਹਾਨੂੰ ਅੱਗੇ ਲੈ ਚੱਲਦੇ ਹਾਂ ਜੀ ਇਸ ਤੋਂ ਇਲਾਵਾ ਹੁਣ ਜਲਦੀ ਤੋਂ ਜਲਦੀ ਜਿੱਥੇ ਕੱਟੇ ਗਏ ਨੇ ਜੋ ਉਹ ਦੁਬਾਰਾ ਲਗਵਾ ਦੇਣਗੇ ਜੀ ਠੀਕ ਹੈ ਜੀ ਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ ਇਸ ਤੋਂ ਪਹਿਲਾਂ ਹੀ ਆ ਤੁਸੀਂ ਇਧਰ ਵੀ ਦੇਖ ਲੈਣਾ ਕੰਨੇ ਮੰਤਰੀ ਪਰਿਸ਼ਦ ਤੋਂ ਲਏ ਗਏ ਫੈਸਲੇ ਨੂੰ ਲਾਗੂ ਕਰਨ ਹਿੱਤ ਸਬੰਧੀ ਮਤਲਬ ਕਿ ਇਹ ਕਾਰਵਾਈ 2 ਹਫਤੇ ਦੇ ਅੰਦਰ ਅੰਦਰ ਜਾਨੂ ਕਰਵਾਉਣ ਦੀ ਖੇਚਲ ਕੀਤੀ ਜਾਵੇ ਮਤਲਬ ਜਲਦੀ ਤੋਂ ਜਲਦੀ 2 ਹਫਤੇ ਦੇ ਅੰਦਰ ਅੰਦਰ ਆਈ ਜਿਨ੍ਹਾਂ ਦੇ ਮੀਟਰ ਵੀ ਪੱਟੇ ਗਏ ਤੇ ਠੀਕ ਹੈ ਜੀ ਉਹਨਾਂ ਦੇ ਵੀ ਮੀਟਰ ਦੁਬਾਰਾ ਲਗਾਏ ਜਾ ਰਹੇ ਨੇ ਠੀਕ ਹੈ ਜੀ ਤੇ ਹੁਣ ਤੁਹਾਨੂੰ ਹੋਰ ਦਿਖਾ ਦਿੰਨੇ ਅੱਗੇ ਤੇ ਇਹ 30 9 2021 ਤੋਂ ਲਾਗੂ ਹੋ ਚੁੱਕਿਆ ਜੀ ਹੁਣ ਮਾਫ ਹੋ ਜਾਣਗੇ ਜੀ ਬਿੱਲ ਠੀਕ ਹੈ ਜੀ ਆ ਸਾਰੇ ਸਾਈਨ ਕਰੇ ਹੋਏ ਨੇ ਜੀ A to Z ਦੇ ਤੁਸੀਂ ਆ ਦੇਖ ਸਕਦੇ ਹੋ ਸਾਰਿਆਂ ਦੀ ਉਚੇਰਾ ਦਿੱਤੀ ਗਈ ਹੈ ਜੀ ਇਹਨਾਂ ਦੇ ਨਾਮ ਦਿੱਤੇ ਗਏ ਨੇ ਜਿਨ੍ਹਾਂ ਜਿਨ੍ਹਾਂ ਵੱਲੋਂ ਸਾਈਨ ਹੋਏ ਨੇ ਸੁਪਰਡੈਂਟ ਵੱਲੋਂ ਹੋ ਚੁੱਕੇ ਨੇ ਜੀ ਸਾਈਨ ਇਹ ਹੁਣ ਬਿਜਲੀ ਬਿੱਲ ਮਾਫ ਹੋ ਜਾਣਗੇ ਜੀ ਸਾਰਿਆਂ ਦੇ ਹੁਣ ਮੇਨ ਗੱਲ ਹੈ ਜੀ ਇਹ ਬਿਜਲੀ ਬਿੱਲ ਮਾਫ ਕਿੰਨਾ ਕਿੰਨਾਂ ਦੇ ਹੋਏ ਨੇ ਜੀ ਇਹ ਮਾਫ ਹੋਣਾ ਉਹਨਾਂ ਦੇ ਹੋਏ ਨੇ ਜੀ ਇੱਕ ਤਾਂ ਜਿਹਦੇ 2 ਕਿਲੋਵਾਟ ਤੋਂ ਬਿਜਲੀ ਘਟ ਹੈ ਜੀ ਘਟ ਫੂਕ ਦਿੰਨੇ ਜੀ ਮੀਟਰ 2 ਕਿਲੋਵਾਟ ਉਹ ਕਿਸੇ ਦਾ ਅੱਧਾ ਕਿਲੋ ਦਾ ਹੁੰਦਾ ਜੀ ਕਿਸੇ ਕਿਲੋਵਾਟ ਦਾ ਹੁੰਦਾ ਕਿਸੇ ਡੇਢ ਕਿਲੋ ਦਾ 2 ਕਿਲੋ ਦਾ ਠੀਕ ਹੈ ਜੀ ਵੱਧ ਵੀ ਹੁੰਦੇ ਨੇ ਜੀ ਉਹ ਜਿਵੇਂ ਕਿਤੇ ਚੱਕੀ ਦੇ ਵੱਧ ਹੁੰਦਾ 5 5 7 7 ਵਾਟ ਦੇ ਵੀ ਹੁੰਦੇ 10 10 ਵਾਟ ਦੇ ਵੀ ਹੁੰਦੇ ਨੇ ਮੀਟਰ ਕਿਉਂਕਿ ਉਹ ਬਿਜਲੀ ਹਿਸਾਬ ਨਾਲ ਹੁੰਦੇ ਨੇ ਹੁਣ ਇਹ ਮਾਫ ਉਹਨਾਂ ਦੇ ਹੋਏ ਨੇ ਜੀ ਜਿਨ੍ਹਾਂ ਦੇ 200 ਜੂਲਟ ਮਾਫਤੇ ਜੀ ਹੁਣ ਉਹ 333 ਕਰਤੀ ਜੀ ਤੇ ਹੁਣ ਨੰਬਰ ਲਾਸਟ ਤੇ ਆਪਾਂ ਇਹ ਦੱਸਣਾ ਚਾਹੁੰਦੇ ਹਾਂ ਜੀ ਤੁਹਾਨੂੰ ਹੁਣ ਕਿਹੜੇ ਕਿਹੜੇ ਮਾਫ ਕਰਵਾ ਸਕਦੇ ਨੇ ਜੀ ਠੀਕ ਹੈ ਜਿਹੜੇ ਦੇਖੋ ਇੱਕ ਤਾਂ SC BC ਜਰਨਲ ਦੇਖੋ ਕੋਈ ਵੀ ਜਾ ਪਰ ਉਹਨਾਂ ਵਾਸਤੇ ਕੀ ਮਤਲਬ ਜ਼ਰੂਰੀ ਕੀ ਹੈ ਜੀ ਨੰਬਰ 1 ਤੇ ਤਾਂ ਉਹਨਾਂ ਦੇ ਦੋ ਕਿਲੇ ਹੋਣੇ ਚਾਹੀਦੇ ਨੇ ਦੋ ਕਿਲੇ ਤੋਂ ਘੱਟ ਘੱਟ ਕਿਲੇ ਹੋਣੇ ਚਾਹੀਦੇ ਨੇ ਜੀ ਫਰਸਟ ਪੁਆਇੰਟ ਇਹੀ ਹੈ ਜੀ ਦੋ ਕਿਲੇ ਤੋਂ ਘੱਟ ਹੋਣੇ ਚਾਹੀਦੇ ਨੇ ਜੀ ਆਪਣੇ ਠੀਕ ਹੈ ਜੀ ਨੰਬਰ 2 ਤੇ ਕੀ ਹੈ ਜੀ 80000 ਤੋਂ ਘੱਟ ਆਮਦਨ ਹੋਣੀ ਚਾਹੀਦੀ ਹੈ ਜੀ ਆਪਣੀ ਠੀਕ ਹੈ ਜੀ ਨੰਬਰ 3 ਕੀ ਹੈ ਜੀ ਕਹਿੰਦੇ ਸਰਕਾਰੀ ਜੋਬ ਤੇ ਨਹੀਂ ਹੋਣਾ ਚਾਹੀਦਾ ਜੀ ਕੋਈ ਵੀ ਆਪਣੇ ਘਰ ਦੇ ਵਿੱਚੋਂ ਉਹਨਾਂ ਦੇ ਮਾਫ ਹੋ ਸਕਦੇ ਨੇ ਨੰਬਰ 4 ਤੇ ਜੀ ਜਿਹੜੇ ਵੀ ਕਿਸੇ ਵੀ ਘਰ ਦਾ ਬਾਹਰ ਗਿਆ ਹੋਇਆ ਜੀ ਫੋਰਨ ਮਤਲਬ ਸੈਟਲ ਹੈ ਜੀ ਕੋਈ ਵੀ ਚਾਹੇ ਮੁੰਡਾ ਕੁੜੀ ਭਾਈ ਭੈਣ ਕੋਈ ਵੀ ਬਾਹਰ ਗਿਆ ਹੋ ਜੀ ਉਹਨਾਂ ਦੇ ਨਹੀਂ ਮਾਫ ਹੋਦਾ ਮਤਲਬ ਇਹ 4-5 ਕੰਡੀਸ਼ਨਾਂ ਨੇ ਜੀ ਜਿਹੜੀਆਂ ਸਾਨੂੰ ਪੂਰੀਆਂ ਕਰਨੀਆਂ ਪੈਣਗੀਆਂ ਜਿੰਨਾਂ ਜਿੰਨਾਂ ਦੀ ਇਹ ਪੂਰੀਆਂ ਨੇ ਉਹ ਮਾਫ ਕਰਵਾ ਸਕਦੇ ਨੇ ਜੀ ਹੁਣ ਜੇ ਤੁਹਾਨੂੰ ਕੋਈ ਵੀ ਹੋਰ ਜਾਣਕਾਰੀ ਚਾਹੀਦੀ ਹੈ ਜੀ ਜਾਣਕਾਰੀ ਲਈ ਤੁਹਾਨੂੰ ਕਰਨਾ ਕੀ ਹੈ ਜੀ ਆਪਦੇ ਨੇੜੇ ਦੇ ਬਿਜਲੀ ਦਫ਼ਤਰ ਵਿੱਚ ਉੱਥੋਂ ਆਪਣੀ ਫੁੱਲ ਡਿਟੇਲ ਲੈ ਲੈਣੀ ਹੈ ਠੀਕ ਹੈ ਜੀ ਕਿਵੇਂ ਫਾਰਮ ਫਿਲ ਹੋਊਗਾ ਜੀ ਸਾਰੀ ਡਿਟੇਲ ਤੁਹਾਨੂੰ ਬਿਜਲੀ ਵਿਭਾਗ ਦੇ ਵਿੱਚ ਦਿੱਤੀ ਜਾਊਗੀ ਤੇ ਇਹਦੇ ਵਿੱਚ ਮੇਨ ਉਹੀ ਗੱਲ ਆ ਗਈ ਜੀ ਵੀ ਕੋਈ ਵੀ ਜਰਨਲ ਐਸ ਸੀ ਬੀ ਸੀ ਠੀਕ ਹੈ ਜੀ ਜਿਹੜੀ ਮਰਜ਼ੀ ਕਾਸ਼ਤਦਾ ਬਸ ਆਹ ਚਾਰ ਚੀਜ਼ਾਂ ਉਹਨਾਂ ਦੀਆਂ ਮਤਲਬ ਨਹੀਂ ਹੋਣੇ ਚਾਹੀਦੀਆਂ ਵੀ ਇੱਕ ਤਾਂ ਦੁਆਰੋਂ ਦੱਸ ਦੇਣੇ ਤੁਹਾਨੂੰ ਇੱਕ ਤਾਂ ਉਹਨਾਂ ਦੇ 2 ਕਿੱਲੇ ਤੋਂ ਘੱਟ ਹੋਣੇ ਚਾਹੀਦੇ ਨੇ ਜੀ 2 ਕਿੱਲੇ ਜ਼ਮੀਨ ਦੇ ਤੇ 80 ਕਿੱਲੇ ਤੋਂ ਘੱਟ ਆਮਦਨ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਐਫੀ ਡੈਵਿਟ ਜਾਂ ਹੋਰ ਆਮਦਨ ਸਰਟੀਫਿਕੇਟ ਹੁੰਦਾ ਉਹ ਲੱਗੂਗਾ ਜੀ ਉਸ ਤੋਂ ਬਾਅਦ ਜਿਹੜਾ ਸਰਕਾਰੀ ਜੋਬ ਤੇ ਨਹੀਂ ਹੋਣਾ ਚਾਹੀਦਾ ਜੀ ਕੋਈ ਵੀ ਤੇ ਉਸ ਤੋਂ ਬਾਅਦ ਇੱਕ ਫੌਲਨ ਨਹੀਂ ਗਿਆ ਹੋਣਾ ਚਾਹੀਦਾ ਜੀ ਠੀਕ ਹੈ ਇਹ 4-5 ਕੰਡੀਸ਼ਨਾਂ ਨੇ ਜੀ ਜਿਨ੍ਹਾਂ ਵਾਸਤੇ ਕੋਈ ਵੀ ਅਪਲਾਈ ਕਰ ਸਕਦਾ ਜੀ ਆਪਦਾ ਬਿੱਲ ਮਾਫ ਕਰਵਾ ਸਕਦਾ ਜੀ 300 ਜੁਲਟ ਦੇ ਬਾਕੀ-ਬਾਕੀ ਠੀਕ ਹੈ ਜੀ ਤੇ ਬਾਕੀ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਰਦਿਆ ਕਰੋ ਠੀਕ ਹੈ ਜੀ ਕਮੈਂ ਆਡੇ ਟੈਲੀਗ੍ਰam ਚੈਨਲ ਨੂੰ ਵੀ ਜੁਆਇਨ ਕਰਕੇ ਰੱਖੋ ਤੇ ਅਸੀਂ ਨਿਊਜ਼ ਤੇ ਨਾਲ-ਨਾਲ ਤੁਹਾਡੇ ਲਈ ਸਾਰੀਆਂ ਜੌਬਸ ਬਾਰੇ ਵੀ ਅਲਰਟ ਲਾਉਂਦੇ ਰਹਨੇ ਆ ਇਹ ਜ਼ਰੂਰੀ ਤੀਜੀ ਕਿਉਂਕਿ ਬਹੁਤ ਦਿਨੋਂ ਪਤਾ ਨਹੀਂ ਲੱਗ ਰਿਹਾ ਸੀ ਕਿ ਕੌਣ ਕਿੰਨਾ ਕਿੰਨਾ ਦਾ ਬਿੱਲ ਮਾਫ ਹੋਏ ਨੇ ਠੀਕ ਹੈ ਜੀ ਉਹਦੇ ਬਾਰੇ ਸਾਨੂੰ ਬਣਾਉਣੀ ਪਈ ਜੀ ਵੀਡੀਓ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਬਹੁਤ-ਬਹੁਤ ਧੰਨਵਾਦ ਜੀ ਸਬਸਕ੍ਰਾਈਬ ਕਰ ਲਿਓ ਜੀ ਆਪਣੇ ਚੈਨਲ ਨੂੰ ਜੀ